ਦੇਖੋ ਪਰਮੇਸ਼ਵਰ ਜੀ ਨੇ ਸਾਨੂੰ ਸਾਰਿਆਂ ਨੂੰ ਯੂਨੀਕ ਬਣਾਇਆ ਹੈ ਸਾਨੂੰ ਸਾਰਿਆਂ ਨੂੰ ਵੱਖਰੇ ਬਣਾਇਆ ਹੈ ਹਰ ਕਿਸੇ ਦੀ ਆਵਾਜ਼ ਵੱਖਰੀ ਹਰ ਕਿਸੇ ਦੇ ਨੈਣ ਨਕਸ਼ ਵੱਖਰੇ ਹਰ ਕਿਸੇ ਦੇ ਹਾਵ ਭਾਵ ਵੱਖਰੇ ਹਰ ਕਿਸੇ ਦੀ ਸੋਚ ਵੱਖਰੀ ਹਰ ਕਿਸੇ ਦਾ ਟੇਸਟ ਵੱਖਰਾ ਤੇ ਹਰ ਕੋਈ ਫਿਰ ਇੱਕੋ ਜਿਹਾ ਕੰਮ ਕਿਦਾਂ ਕਰ ਸਕਦਾ ਹੈ ਹਰ ਕਿਸੇ ਦੀ ਕਾਬਲੀਅਤ ਵੀ ਵੱਖਰੀ ਹੈ ਤੁਸੀਂ ਨਹੀਂ ਕੰਪੇਅਰ ਕਰ ਸਕਦੇ ਕਿਸੇ ਦੂਸਰੇ ਦੇ ਨਾਲ ਜੇ ਤੁਸੀਂ ਕੰਪੇਅਰ ਕਰੋਗੇ ਫਿਰ ਤਾਂ ਸਾਰੀ ਦੁਨੀਆ ਇੱਕੋ ਹੀ ਕੈਟਾਗਰੀ ਦੀ ਹੋਊਗੀ ਜਾਂ ਤਾਂ ਫਿਰ ਸਾਰੇ ਡਾਕਟਰ ਹੀ ਬਣ ਜੂਗੇ ਜਾਂ ਸਾਰੇ ਵਕੀਲ ਬਣ ਜੂਗੇ ਸਾਰੇ ਜੱਜ ਲੱਗਣਗੇ ਕਿਉਂਕਿ ਸਾਰੇ ਤਾਂ ਇੱਕ ਦੂਜੇ ਦੇ ਨਾਲ ਕੰਪੇਅਰ ਕਰ ਰਹੇ ਆ ਪਰ ਅਸੀਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਨਾ ਕਿਸੇ ਹੋਰ ਦੇ ਨਾਲ ਪਰ ਆਪਣੇ ਕੰਮਾਂ ਨੂੰ ਪਰਖਣਾ ਹੈ ਬਤੁ ਸਾਨੂੰ ਕੀ ਕਹਿੰਦਾ ਪਰ ਹਰੇਕ ਆਪਣੇ ਕੰਮ ਨੂੰ ਪਰਖੇ ਜੋ ਕੰਮ ਅਸੀਂ ਕਰ ਰਹੇ ਹਾਂ ਅਸੀਂ ਉਹਦੇ ਵਿੱਚ ਕਿੱਦਾਂ ਜਾ ਰਹੇ ਕੀ ਅਸੀਂ ਉਸ ਕੰਮ ਨੂੰ ਠੀਕ ਤਰੀਕੇ ਨਾਲ ਕਰ ਰਹੇ ਹਾਂ ਜਾਂ ਬਦਨੀਤੀ ਨਾਲ ਕਰ ਰਹੇ ਹਾਂ ਜੋ ਕੰਮ ਸਾਨੂੰ ਦਿੱਤਾ ਗਿਆ ਅਸੀਂ ਪੂਰੀ ਮਿਹਨਤ ਦੇ ਨਾਲ ਕਰ ਰਹੇ ਹਾਂ ਆਪਣਾ 100% ਉਸ ਕੰਮ ਨੂੰ ਦੇ ਰਹੇ ਹਾਂ ਜੇ ਤਾਂ ਤੁਸੀਂ ਆਪਣਾ 100% ਦਿਓਗੇ ਤੁਸੀਂ ਉਹਦਾ ਰਿਜ਼ਲਟ ਵੀ 100% ਲਓਗੇ ਪਰ ਜੇ ਤੁਸੀਂ ਆਪਣਾ ਬੈਸਟ ਨਹੀਂ ਦੇ ਰਹੇ ਤਾਂ ਤੁਸੀਂ ਵਾਪਸ ਵੀ ਉਹਦਾ ਰਿਜ਼ਲਟ ਬੈਸਟ ਨਹੀਂ ਲੈ ਸਕਦੇ ਆਪਣੇ ਆਪ ਨੂੰ ਕਿਸੇ ਦੇ ਨਾਲ ਕੰਪੇਅਰ ਕਰਨ ਦੀ ਬਜਾਏ ਸਾਨੂੰ ਆਪਣੇ ਕੰਮ ਵੱਲ ਤਵੱਜੋ ਦੇਣ ਦੀ ਜ਼ਰੂਰਤ ਆ ਔਰ ਜਦੋਂ ਅਸੀਂ ਆਪਣੇ ਕੰਮ ਨੂੰ ਪਰਖਾਂਗੇ ਕਿ ਸਾਨੂੰ ਕੰਮ ਕਿਹੜਾ ਦਿੱਤਾ ਗਿਆ ਕਿੱਦਾਂ ਕਰਨਾ ਚਾਹੀਦਾ ਔਰ ਇਹਦਾ ਨਤੀਜਾ ਕੀ ਹੋਊਗਾ ਕੀ ਇਹ ਕੰਮ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗਾ ਆ ਕਿ ਜਿਸ ਤਰੀਕੇ ਦੇ ਨਾਲ ਮੈਂ ਇਸ ਕੰਮ ਨੂੰ ਕਰ ਰਿਹਾ ਆ ਸੱਚਮੁੱਚ ਪਰਮੇਸ਼ਵਰ ਨੂੰ ਪਸੰਦ ਆ ਮੇਰੇ ਕਰਨ ਦਾ ਤਰੀਕਾ ਜੋ ਮੇਰਾ ਜਿਹੜਾ ਧਰਤੀ ਤੇ ਮਾਲਕ ਆ ਜਿਨੇ ਮੈਨੂੰ ਕੰਮ ਦਿੱਤਾ ਆ ਕਿ ਉਹਨੂੰ ਮੇਰਾ ਕੰਮ ਪਸੰਦ ਆ ਕਿ ਮੈਂ ਆਪਣਾ ਬੈਸਟ ਹੋ ਦੇ ਲਈ ਕਰ ਰਿਹਾ ਆ ਤਦ ਤੁਹਾਨੂੰ ਜਾਂ ਤਾਂ ਸ਼ੇਮ ਫੀਲ ਹੋ ਜਾਂ ਪ੍ਰਾਊਡ ਫੀਲ ਹੋ ਅਗਰ ਤੁਸੀਂ ਬੈਸਟ ਨਹੀਂ ਕਰ ਰਹੇ ਤੇ ਆਪਣੇ ਕੰਮ ਨੂੰ ਪਰਖੋਗੇ ਜਦੋਂ ਤੁਸੀਂ ਪਰਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਨਹੀਂ ਮੈਂ ਸਹੀ ਨਹੀਂ ਚੱਲ ਰਿਹਾ ਤਾਂ ਫੇ ਉੱਥੇ ਪ੍ਰਾਊਡ ਤੇ ਨਹੀਂ ਫੀਲ ਹੋਊਗਾ ਉੱਥੇ ਸ਼ੇਮ ਫੀਲ ਹੋਊਗੀ ਉੱਥੇ ਸ਼ਰਮ ਆਊਗੀ ਕਿ ਨਹੀਂ ਮੈਂ ਇਹ ਕਰ ਸਕਦਾ ਮੈਨੂੰ ਕਰਨਾ ਚਾਹੀਦਾ ਪਰ ਮੈਂ ਨਹੀਂ ਕਰ پا ਰਿਹਾ ਤੁਸੀਂ ਇੱਕ ਸ਼ਰਮਿੰਦਗੀ ਨੂੰ ਮੈਸਸੀਸ ਕਰੋਗੇ আর ਉਹ ਸ਼ਰਮਿੰਦਗੀ ਤੁਹਾਨੂੰ ਮੋਟੀਵੇਟ ਕਰੂਗੀ ਸਹੀ ਕੰਮ ਕਰਨ ਦੇ ਲਈ ਅਰ ਜਦੋਂ ਤੁਸੀਂ ਵਾਪਸ ਸਹੀ ਕੰਮ ਕਰ ਰਹੇ ਹੋ ਔਰ ਉਹਨੂੰ ਪਰਖੋਗੇ ਤਾਂ ਤੁਸੀਂ ਹੋਰ ਐਨਕਰੇਜ ਹੋਵੋਗੇ ਹੋਰ ਉਤਸ਼ਾਹਿਤ ਹੋਵੋਗੇ ਕਿ ਮੈਂ ਅਗਰ ਮੈਂ ਇੰਨਾ ਕਰ ਸਕਦਾ ਆ ਇਸ ਤੋਂ ਵੀ ਬੈਸਟ ਕਰ ਸਕਦਾ ਆ ਹallelujah ਅਪਾ ਐਗਜ਼ੈਂਪਲ ਦੇ ਤੌਰ ਤੇ ਕਈ ਵਰੀ ਆਪਾਂ ਕਿਸੇ ਬਹੁਤ ਸਕਸੈਸਫੁਲ ਪਰਸਨੈਲਿਟੀ ਨੂੰ ਦੇਖਦੇ ਆਂ ਦੇਖੋ ਅੱਜ ਕਿਉਂ ਇਹ ਵਿਸ਼ਾ ਲਿਆ ਗਿਆ ਮੈਨੂੰ ਜਾਣਦੀ ਪਰਪਾਕਰੂ ਦੇ ਵੱਲੋਂ ਦਿੱਤਾ ਗਿਆ ਆ ਹੋ ਸਕਦਾ ਇੱਥੇ ਜਿੰਨੇ ਬੈਠੇ ਇਹਨਾਂ ਵਿੱਚ ਬਹੁਤ ਸਾਰਿਆਂ ਨੂੰ ਇਹ ਪਰੇਸ਼ਾਨੀ ਹੋਵੇ ਉਹ ਇਸ ਚੀਜ਼ ਦੇ ਵਿੱਚੋਂ ਦੀ ਜਾ ਰਹੇ ਹੋਣ ਔਰ ਇਸ ਲਈ ਕਿਉਂਕਿ ਪਾਕਰੂ ਜਾਣਦਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਆ ਤਾਂ ਜ਼ਰੂਰ ਇੱਕ ਇੱਕ ਸ਼ਬਦ ਨੂੰ ਧਿਆਨ ਦੇ ਨਾਲ ਸੁੰਨਾ ਤੇ ਰਿਸੀਵ ਕਰਨਾ ਮੈਂ ਯਕੀਨ ਕਰਦੀ ਆ ਇਹ ਤੁਹਾਡੇ ਜੀਵਨ ਦੇ ਵਿੱਚ ਅੱਜ ਦਾ ਵਚਨ ਆਉਣ ਵਾਲੇ ਦਿਨਾਂ ਦੀ ਖੁਸ਼ੀ ਦਾ ਕਾਰਨ ਹੋਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੀਨ ਕਈ ਵਾਰੀ ਅਸੀਂ ਇੱਕ ਸਕਸੈਸਫੁਲ ਪਰਸਨੈਲਿਟੀ ਨੂੰ ਦੇਖਦੇ ਆ ਇੱਕ ਕਾਮਯਾਬ ਵਿਅਕਤੀ ਨੂੰ ਦੇਖਦੇ ਆ ਤੇ ਅਸੀਂ ਉਹਦੇ ਬਾਰੇ ਵਿੱਚ ਬਹੁਤ ਕੁਝ ਸੋਚਦੇ ਆ ਬਹੁਤ ਕੁਝ ਸਾਨੂੰ ਇਦਾਂ ਲੱਗਦਾ ਜਿੱਦਾਂ ਇਹ ਸਖਾਲਾ ਹੀ ਟੌਪ ਤੇ ਚਲੇ ਗਿਆ ਹੈ ਪਰ ਅਸੀਂ ਉਹਦੇ ਪਿੱਛੇ ਉਹਦੀ ਮਿਹਨਤ ਨਹੀਂ ਦੇਖਦੇ ਜਦੋਂ ਅਸੀਂ ਕੰਪੇਅਰ ਕਰ ਰਹੇ ਹੁੰਨੇ ਆਪਣੇ ਆਪ ਨੂੰ ਕਿਸੇ ਦੇ ਨਾਲ ਅਸੀਂ ਕਹਿੰਦੇ ਲੈ ਇਹ ਵੀ ਤਾਂ ਮੇਰੀ ਕੀ ਉਮਰ ਦਾ ਆ ਅਸੀਂ ਤਾਂ ਇਕੱਠੇ ਇੱਕੋ ਸਕੂਲ ਵਿੱਚ ਪੜਦੇ ਸੀ ਅਸੀਂ ਇਕੱਠੇ ਗਰਾਊਂਡ ਨੂੰ ਖੇਡਣ ਜਾਂਦੇ ਹੁੰਦੇ ਸੀ ਸਾਡੇ ਜਨਮ ਤਾਂ ਅੱਗੜ ਪਿਛੜ ਆ ਸਾਡੇ ਜਨਮ ਇੱਕ ਦੇਣ ਦੇ ਇੱਕੋ ਮਹੀਨੇ ਦੇ ਆ ਬਹੁਤ ਚੀਜ਼ਾਂ ਸੀ ਇਦਾਂ ਕੰਪੇਅਰ ਕਰਦੇ ਪਰ ਇਹਨੂੰ ਦੇਖ ਲਓ ਅੱਜ ਇਹ ਕਿੱਥੇ ਆ ਤੇ ਮੈਨੂੰ ਦੇਖੋ ਮੈਂ ਕਿੱਥੇ ਆ ਤੇ ਫਿਰ ਇਹ ਸੋਚ ਕੇ ਟੁੱਟੀ ਵਰਗਾ ਮੂੰਹ ਬਣਾ ਲੈਂਦੇ ਆ ਨਿਰਾਸ਼ ਹੋ ਜਾਂਦੇ ਆ ਵੀ ਇਹ ਤਾਂ ਤਰੱਕੀ ਕਰ ਗਿਆ ਬੱਲੇ ਬੱਲੇ ਇਹਦੇ ਕੋਲ ਤਾਂ ਫਲਾਨੀ ਕਾਰ ਆ ਇਹਨੇ ਤਾਂ ਘਰ ਇੰਨਾ ਵੱਡਾ ਬਣਾ ਲਿਆ ਅਸੀਂ ਉੱਥੇ ਦੇ ਉੱਥੇ ਹੀ ਆ ਫੇਕ ਕੀ ਗੱਲਾਂ ਸ਼ੁਰੂ ਹੁੰਦੀਆਂ ਸਾਡੇ ਕਰਮ ਸਾਡੇ ਭਾਗ ਸਾਡਾ ਨਸੀਬ ਸਾਡੀ ਕਿਸਮਤ ਮਤਲਬ ਉਹਦੇ ਚ ਤੁਸੀਂ ਕੰਪਲੀਟਲੀ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦੇ ਵਿੱਚ ਲੱਗ ਜਾਂਦੇ ਕਿ ਮੈਂ ਵਿਚਾਰਾ ਤੇ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਜਾਂ ਰੱਬ ਤੇ ਜਾਂ ਸਮਾਂ ਜਦ ਕਿ ਅਸੀਂ ਕੁਦ ਜਿੰਮੇਵਾਰ ਹੁੰਦੇ ਉਹਨਾਂ ਸਾਰੀਆਂ ਹੀ ਚੀਜ਼ਾਂ ਦੇ ਲਈ ਅਸੀਂ ਦੇਖਿਆ ਉਹਦੀ ਕਾਰ ਨੂੰ ਅਸੀਂ ਦੇਖਿਆ ਉਹਦੇ ਘਰ ਨੂੰ ਪਰ ਅਸੀਂ ਨਹੀਂ ਦੇਖਿਆ ਉਹਦੀ ਉਹਦੇ ਪਿੱਛੇ ਕੀਤੀ ਹੋਈ ਮਿਹਨਤ ਨੂੰ ਅਸੀਂ ਉਹਦੀ ਮਿਹਨਤ ਨੂੰ ਦੇਖਣਾ ਹੈ ਬਿਹਾਈਂਡ ਦਾ ਸੀਨ ਜੋ ਤੁਹਾਨੂੰ ਨਜ਼ਰ ਆ ਰਿਹਾ ਉਹਦੇ ਪਿੱਛੇ ਉਹਦੀ ਸਟਰਗਲ ਕਿੰਨੀ ਆ ਪਿੱਛੇ ਉਹਦੀ ਮਿਹਨਤ ਕਿੰਨੀ ਆ ਉਹਦਾ ਕੰਮ ਕਿੰਨਾ ਆ ਅਸੀਂ ਅਗਰ ਸੇਮ ਮਿਹਨਤ ਨੂੰ ਫੋਲੋ ਕਰੀਏ ਸੇਮ ਕੰਮ ਨੂੰ ਫੋਲੋ ਕਰੀਏ ਤੁਸੀਂ ਵੀ ਪਿੱਛੇ ਨਹੀਂ ਰਹੋਗੇ ਉਸ ਮਕਾਮ ਨੂੰ ਜ਼ਰੂਰ ਪ੍ਰਾਪਤ ਕਰੋਗੇ ਪਰ ਅਸੀਂ ਸਿਰਫ ਫਰੰਟ ਨੂੰ ਦੇਖ ਕੇ ਨਿਰਾਸ਼ ਹੋ ਜਾਂਦੇ ਆ ਤੁਸੀਂ ਦੇਖ ਰਹੇ ਆ ਬਾਹਰੀ ਪੰਨੂ ਔਰ ਕੰਪੇਅਰ ਕਰ ਰਹੇ ਆਪਣੇ ਅੰਦਰ ਨੂੰ ਉਹਦੇ ਬਾਹਰ ਦੇ ਨਾਲ ਜਾਂ ਤਾਂ ਆਪਣੇ ਅੰਦਰ ਨੂੰ ਉਹਦੇ ਅੰਦਰ ਦੇ ਨਾਲ ਕੰਪੇਅਰ ਕਰੋ ਤੇ ਜਾਂ ਫਿਰ ਆਪਣੀ ਮਿਹਨਤ ਨੂੰ ਉਸ ਲੈਵਲ ਤੇ ਲੈ ਕੇ ਆਓ ਬਹੁਤ ਵਾਰੀ ਤੁਸੀਂ ਦੇਖੋ ਜੇ ਆਪਾਂ ਸਪਿਰਚੁਅਲੀ ਇੱਕ ਐਗਜ਼ਾਮਪਲ ਲੈ ਲੈਂਦੇ ਆਂ ਕਈ ਵਾਰੀ ਆਪਾਂ ਕਹਿੰਦੇ ਆ ਅਸੀਂ ਵੀ ਤਾਂ ਇੰਨੇ ਸਾਲਾਂ ਤੋਂ ਚਰਚ ਨੂੰ ਆ ਰਹੇ ਆ ਅਸੀਂ ਵੀ ਤਾਂ ਉਸੇ ਯਿਸੂ ਦੇ ਨਾਮ ਚ ਪ੍ਰਾਰਥਨਾ ਕਰਦੇ ਜੈਸ ਯਿਸੂਮਸੀ ਦੇ ਨਾਮ ਦੇ ਵਿੱਚ ਸਾਡੀ ਗੁਆਂਢਣ ਕਰਦੀ ਆ ਫਲਾ ਨਾ ਕੰਮ ਅਸੀਂ ਵੀ ਤਾਂ ਕਰਦੇ ਅਸੀਂ ਵੀ ਤਾਂ ਵਰਤ ਰੱਖਦੇ ਆ ਸਾਡੇ ਤੇ ਕੰਮ ਨਹੀਂ ਬਣਦੇ ਸਾਡੀ ਪ੍ਰਾਰਥਨਾ ਨਾਲ ਤਾਂ ਕੁਝ ਨਹੀਂ ਹੁੰਦਾ ਇਹ ਤਾਂ ਜਦੋਂ ਹੀ ਪ੍ਰਾਰਥਨਾ ਕਰਦੀ ਆ ਜਿਹਦੇ ਤੇ ਪ੍ਰਾਰਥਨਾ ਕਰਦੀ ਉਦੋਂ ਹੀ ਕੰਮ ਹੋ ਜਾਂਦਾ ਤੁਸੀਂ ਦੇਖ ਕੀ ਰਹੇ ਆ ਉਹਦੀ ਪ੍ਰਾਰਥਨਾ ਦੇ ਨਤੀਜੇ ਨੂੰ ਪਰ ਤੁਸੀਂ ਨਹੀਂ ਦੇਖ ਰਹੇ ਉਹਦੀ ਉਸ ਰਿਲੇਸ਼ਨਸ਼ਿਪ ਨੂੰ ਜਿਹੜੀ ਪਰਮੇਸ਼ਵਰ ਦੇ ਨਾਲ ਆ ਤੁਸੀਂ ਨਹੀਂ ਦੇਖ ਪਾਰੇ ਉਸ ਮਿਹਨਤ ਨੂੰ ਜਿਹੜੀ ਰਾਤ ਰਾਤ ਪਰ ਬੈਠ ਕੇ ਪਰਮੇਸ਼ਵਰ ਦੇ ਨਾਲ ਕੀਤੀ ਉਹਨੇ ਉਹ ਨਹੀਂ ਦੇਖ ਰਹੇ ਤੁਸੀਂ ਉਹਦੇ ਤਿਆਗ ਨੂੰ ਜਿਹੜਾ ਉਹਨੇ ਜਿਸਮਾਨੀ ਖੁਆਇਸ਼ਾਂ ਦਾ ਕੀਤਾ ਆਪਣੇ ਪਰਮੇਸ਼ਵਰ ਦੇ ਲਈ ਕੀਤਾ ਤੁਸੀਂ ਉਹਦੇ ਪ੍ਰਾਰਥਨਾ ਦੇ ਸਮੇਂ ਨੂੰ ਨਹੀਂ ਜਾਣਦੇ ਤੁਸੀਂ ਉਹਦੀ ਵਫਾਦਾਰੀ ਨੂੰ ਨਹੀਂ ਦੇਖ ਰਹੇ ਤੁਸੀਂ ਉਹਦੀ ਇਮਾਨਦਾਰੀ ਨੂੰ ਨਹੀਂ ਦੇਖ ਰਹੇ ਤੁਸੀਂ ਉਹਦੀ ਨੇਚਾ ਨੂੰ ਨਹੀਂ ਦੇਖ ਰਹੇ ਪਰ ਤੁਸੀਂ ਸਿਰਫ ਕੀ ਦੇਖ ਰਹੇ ਆ ਉਹਦੀਆਂ ਪ੍ਰਾਰਥਨਾਵਾਂ ਦੇ ਨਾਲ ਲੈ ਰਹੀਆਂ ਜਿਹੜੀਆਂ ਗਵਾਹੀਆਂ ਜਨਮ ਲੈ ਰਹੀਆਂ ਸਿਰਫ ਤੁਸੀਂ ਉਹਨਾਂ ਨੂੰ ਦੇਖ ਰਹੇ ਆ ਅਰ ਤੁਸੀਂ ਕੋਸ ਰਹੇ ਆ ਤੁਹਾਨੂੰ ਇਦਾਂ ਲੱਗਦਾ ਜਿਦਾਂ ਪਰਮੇਸ਼ਰ ਨੇ ਪੱਖਪਾਤ ਕੀਤਾ ਹੋਵੇ ਕਿ ਇਹਨੂੰ ਤਾਂ ਚੰਗਾ ਕਰਤਾ ਮੈਨੂੰ ਨਹੀਂ ਕੀਤਾ ਇਹਦੀ ਤਾਂ ਪ੍ਰਾਰਥਨਾ ਛੱਟ ਸੁਣੀ ਗਈ ਸਾਨੂੰ ਇੰਨਾ ਚਿਰ ਹੋ ਗਿਆ ਸਾਡੀ ਗੱਲ ਤੇ ਨਹੀਂ ਸੁਣ ਹੁੰਦੀ ਯਾਦ ਰੱਖੋ ਪਰਮੇਸ਼ਵਰ ਧਰਮੀ ਆ ਉਹ ਕੁਨਿਆਈ ਨਹੀਂ ਆ ਨਿਆਂ ਕਰਨ ਵਾਲਾ ਪਰਮੇਸ਼ਵਰ ਆ ਵਫਾਦਾਰ ਪਰਮੇਸ਼ਵਰ ਆ ਉਹ ਪੱਖਪਾਤ ਨਹੀਂ ਕਰਦਾ ਜਿਹੜਾ ਮਿਹਨਤ ਕਰੂਗਾ ਉਹ ਫਤਿਹ ਪਾਊਗਾ ਹਾਲੇਲੂਇਆ ਅਗਰ ਤੁਸੀਂ ਚਾਹੁੰਦੇ ਆ ਤੁਹਾਡੀ ਹਰ ਪ੍ਰਾਰਥਨਾ ਦਾ ਉੱਤਰ ਆਏ ਤਾਂ ਤੁਹਾਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਉਸ ਤਰੀਕੇ ਨੂੰ ਉਸ ਮਿਹਨਤ ਨੂੰ ਜਿਨ੍ਹਾਂ ਦੀਆਂ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਂਦੀਆਂ ਆ ਜੋ ਉਹਨਾਂ ਦੇ ਦੁਆਰਾ ਕੀਤੀ ਜਾਂਦੀ ਹੈ ਹallelujah ਪਰ ਅਸੀਂ ਕੀ ਕਰਦੇ ਆ ਕਈ ਵਾਰੀ ਬਿਲਕੁਲ ਆਪੋਜ਼ਿਟ ਹੋ ਜਾਂਦਾ ਆ ਕੁਝ ਲੋਕ ਸ਼ੁਰੂ ਕਰਦੇ ਆ ਪ੍ਰਭੂ ਦੇ ਵਿੱਚ ਵਧਣਾ ਪ੍ਰਾਰਥਨਾ ਕਰਨੀ ਵਰਤ ਰੱਖਣੇ ਪਰ ਉਹਨਾਂ ਉਹਨਾਂ ਦਾ ਅੰਦਰ ਇੰਨਾ ਜਿਹੜਾ ਆ ਕਮਜ਼ੋਰ ਹੁੰਦਾ ਆ ਕਿ ਉਹ ਕਦੀ ਵੀ ਤਿਲਕ ਸਕਦੇ ਆ ਕਦੀ ਵੀ ਡੋਲ ਸਕਦੇ ਆ ਉਹ ਅੰਦਰੋਂ ਮਜ਼ਬੂਤ ਨਹੀਂ ਹੋ ਪਾਉਂਦੇ 10 ਮਿੰਟ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਫਿਰ ਉਹ ਖੁਸ਼ ਹੋਏ ਕਿ ਲੈ ਭਈ ਮੈਂ ਹੁਣ ਰੋਜ਼ 10 ਮਿੰਟ ਪ੍ਰਾਰਥਨਾ ਕਰਦਾ ਆ ਫਿਰ ਹੌਲੀ ਹੌਲੀ ਉਹਨਾਂ ਨੇ 2-2 ਮਿੰਟ ਕਰਕੇ ਵਧਾਇਆ ਇੱਕ ਦਿਨ ਉਹ 1 ਘੰਟੇ ਤੱਕ ਪਹੁੰਚੇ ਤੇ ਉਹ ਬਹੁਤ ਹੈਪੀ ਫੀਲ ਕਰਦੇ ਆ ਵੀ ਐਟ ਲੀਸਟ ਮੈਂ 1 ਘੰਟਾ ਰੋਜ਼ ਪਰਮੇਸ਼ਵਰ ਦੇ ਲਈ ਆਪਣਾ ਟਾਈਮ ਜਿਹੜਾ ਆ ਉਹ ਸਪੇਅਰ ਕਰਦਾ ਆ ਸੈਪਰੇਟ ਰੱਖਦਾ ਆ ਤੇ ਪਰਮੇਸ਼ਵਰ ਦੇ ਨਾਲ ਗੱਲਾਂ ਕਰਦਾ ਇੱਕ ਘੰਟਾ ਪਰ ਅਚਾਨਕ ਉਹ ਕਿਸੇ ਇਹੋ ਜਿਹੇ ਵਿਅਕਤੀ ਨੂੰ ਮਿਲੇ ਜਿਹਦੀ ਟੈਸਟੀਮਨੀ ਸੁਣੀ ਕਿ ਇਹ ਤਾਂ 6 ਸਿਕ ਘੰਟੇ ਪ੍ਰਾਰਥਨਾ ਕਰਦਾ ਇਹ 8 8 ਘੰਟੇ ਪ੍ਰਾਰਥਨਾ ਕਰਦਾ ਉਹ ਡੀਮੋਟਿਵ ਹੋ ਗਏ ਲੈ ਅਸੀਂ ਇਹਦੇ ਬਰਾਬਰ ਕੀ ਹਾਂ ਸਾਡੀ ਕਿੱਥੇ ਸੁਣੀ ਜਾਣੀ ਆ ਯਾਦ ਰੱਖੋ ਤੁਸੀਂ ਸ਼ੁਰੂ ਕੀਤਾ ਹੈ ਤੁਸੀਂ ਜ਼ਰੂਰ ਪਹੁੰਚੋਗੇ ਜੇ ਨਰਸਰੀ ਬਣਾ ਨਿਆਣਾ ਆਪਣੇ ਸਕੂਲ ਦੇ 10ਵੀਂ ਕਲਾਸ ਦੇ ਸਟੂਡੈਂਟ ਬਲ ਦੇਖ ਕੇ ਕਵੇ ਮੈਂ ਕਦੋਂ ਜਾ ਕੇ 10ਵੀਂ ਚ ਪਹੁੰਚੂਗਾ ਹੱਲੇ ਤਾਂ ਮੈਂ ਪੂਰਨੇ ਜਿਹੜੇ ਮੈਡਮ ਪਾ ਕੇ ਦਿੰਦੀ ਉਹਦੇ ਉੱਤੇ ਉੱਤੇ ਹੀ ਲਿਖਦਾ ਆ ਜੋ ਇਹ ਹੀ ਸੋਚਦਾ ਰਹੇ ਉਹਨੇ ਫਿਰ ਨਰਸਰੀ ਚੋਂ ਵੀ ਬਾਹਰ ਨਹੀਂ ਨਿਕਲਣਾ ਜੋ ਇਦਾਂ ਕੰਪੇਅਰ ਕਰਨ ਲੱਗ ਜਾਈ ਆਪਾਂ ਨੂੰ ਇੱਕ ਸ਼ੁਰੂਆਤ ਕਰਨੀ ਪੈਣੀ ਆ ਆਪਾਂ ਨੂੰ ਅੱਗੇ ਵਧਣ ਲਈ ਕਦਮ ਪੁੱਟਣਾ ਹੀ ਪੈਣਾ ਹੈ ਹਾਂ ਆਪਣਾ ਨਿਸ਼ਾਨਾ ਜਰੂਰ ਸੈੱਟ ਕਰੋ ਕੰਪੇਅਰ ਨਹੀਂ ਕਰਨਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਕਾਮਯਾਬ ਵਾਲ ਦੇਖ ਕੇ ਆਪਣੇ ਫੇਲਿਅਰ ਨੂੰ ਅਸੈਪਟ ਕਰਕੇ ਖੁਸ਼ ਹੋਈ ਜਾਣਾ ਕਿ ਕੋਈ ਗੱਲ ਨਹੀਂ ਸਾਨੂੰ ਕੰਪੇਅਰ ਕਰਨ ਦੀ ਕੀ ਜ਼ਰੂਰਤ ਆ ਅਗਰ ਅਸੀਂ ਫੇਲੀਅਰ ਆ ਅਸੀਂ ਬਹੁਤ ਖੁਸ਼ੀ ਅਸੀਂ ਫੇਲੀਅਰ ਅਸੀਂ ਕਹਤੇ ਕਿਸੇ ਸਕਸੈਸਫੁਲ ਦੇ ਨਾਲ ਖੁਦ ਨੂੰ ਕੰਪੇਅਰ ਕਰੀਏ ਤਾਂ ਇਹ ਮੂਰਖਤਾ ਦੇ ਬਿਨਾ ਹੋਰ ਕੁਝ ਨਹੀਂ ਆ ਕਿਹਦੇਦਰ ਮੀ ਵਿਅਕਤੀ ਨੂੰ ਅਗਰ ਤੁਸੀਂ ਆਪਣਾ ਰੋਲ ਮਾਡਲ ਮੰਨਿਆ ਜਾਂ ਕੁਝ ਗਲਤ ਨਹੀਂ ਕੀਤਾ ਤੁਸੀਂ ਇੱਕ ਕਾਮਯਾਬ ਵਿਅਕਤੀ ਨੂੰ ਆਪਣਾ ਨਿਸ਼ਾਨਾ ਮੰਨਿਆ ਕਿ ਉਹਦੇ ਵਾਂਗ ਤੁਸੀਂ ਕੁਝ ਗਲਤ ਨਹੀਂ ਕੀਤਾ ਪਰ ਉਸ ਮਿਹਨਤ ਨੂੰ ਜਰੂਰ ਫੋਲੋ ਕਰੋ ਇੱਕ ਕਦਮ ਪੁੱਟੋ ਫਿਰ ਅਗਲੇ ਦਿਨ ਦੋ ਪੁੱਟੋ ਫਿਰ ਤਿੰਨ ਪੁੱਟੋ ਹੋ ਸਕਦਾ ਜਿਹੜਾ ਤੁਸੀਂ ਨਿਸ਼ਾਨਾ ਰੱਖਿਆ ਤੁਸੀਂ ਉਸ ਤੋਂ ਅੱਗੇ ਚਲੇ ਜਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਕਿੰਨਾ ਤੁਹਾਨੂੰ ਦੁਆਏ ਦੇ ਵੱਲੋਂ ਅਭਿਮਾਨ ਪ੍ਰਾਪਤ ਨਹੀਂ ਹੁਣ ਆਪਣੇ ਕੰਮ ਨੂੰ ਪਰਖੋ ਤਦ ਜਾ ਕੇ ਤੁਹਾਨੂੰ ਜਿਹੜਾ ਆ ਅਭਿਮਾਨ ਪ੍ਰਾਪਤ ਹੋਣਾ ਤਦ ਜਾ ਕੇ ਤੁਹਾਨੂੰ ਪ੍ਰਾਊਡ ਹੋਣਾ ਮੈਂ ਕਰ ਸਕਿਆ ਮੈਂ ਕਰ ਸਕਦਾ ਸੀ ਮੈਂ ਮਿਹਨਤ ਕੀਤੀ ਮੈਂ ਇਸ ਮੁਕਾਮ ਤੇ ਪਹੁੰਚਿਆ ਤਦ ਜਾ ਕੇ ਖੁਸ਼ੀ ਹੋਊਗੀ ਕਿ ਇਹ ਪਹੁੰਚ ਗਿਆ ਤਦ ਖੁਸ਼ੀ ਹੋਊਗੀ ਸਾਨੂੰ ਉਦੋਂ ਖੁਸ਼ੀ ਹੁੰਦੀ ਜਦੋਂ ਅਸੀਂ ਪਹੁੰਚਦੇ ਹਾਂ ਬੇਸ਼ੱਕ ਸਾਡਾ ਗਵਾਂਡੀ ਵਿਦੇਸ਼ ਵਿੱਚ ਪਹੁੰਚੇ ਸੀ ਖੁਸ਼ੀਆਂ ਮੈਨੂੰ ਪਤਾ ਨਹੀਂ ਸੱਚੀ ਕਿ ਝੂਠੀ ਪਰ ਅਸੀਂ ਖੁਸ਼ ਹੋਣ ਦਾ ਡਰਾਮਾ ਜ਼ਰੂਰ ਕਰ ਲੈਂਦੇ ਆਂ ਵੀ ਅਸੀਂ ਖੁਸ਼ ਆਂ ਕਦੀ ਕਦੀ ਸੱਚੀ ਦਿਲੋਂ ਵੀ ਖੁਸ਼ ਹੋ ਜਾਂਦੇ ਆਂ ਕਈ ਲੋਕ ਸੱਚੀ ਪ੍ਰਭੂ ਦੀ ਉਹਨਾਂ ਤੇ ਬਹੁਤ ਕਿਰਪਾ ਹੁੰਦੀ ਜਿਹੜੇ ਦਿਲੋਂ ਖੁਸ਼ ਹੋ ਜਾਂਦੇ ਆਂ ਪਰ ਸੱਚ ਇਹ ਆ ਕਿ ਜਦੋਂ ਤੁਸੀਂ ਵਿਦੇਸ਼ ਵਿੱਚ ਪਹੁੰਚਦੇ ਆਂ ਜਿਹੜੀ ਖੁਸ਼ੀ ਤੁਸੀਂ ਉਦੋਂ ਮਹਿਸੂਸ ਕਰ ਸਕਦੇ ਆਂ ਜਾਂ ਜਿੰਨੇ ਖੁਸ਼ ਤੁਸੀਂ ਉਦੋਂ ਹੋ ਸਕਦੇ ਆਂ ਤੁਸੀਂ ਆਪਣੇ ਗਵਾਂਡੀ ਦੇ ਵਿਦੇਸ਼ ਪਹੁੰਚੇ ਤੇ ਉਹਨੇ ਖੁਸ਼ ਕਦੀ ਨਹੀਂ ਹੋ ਸਕਦੇ ਇਸ ਲਈ ਖੁਦ ਉਸ ਮਕਾਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ।